ਗੁਰਮੀਤ ਸਿੰਘ ਮੀਤ ਹੇਅਰ MLA ਬਰਨਾਲਾ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਯੂਥ ਦੇ ਪ੍ਰਧਾਨ ਬਣਾਉਣ ਮਗਰੋਂ ਪਹਿਲੀ ਵਾਰੀ ਸ਼ਹੀਦ ਆਜ਼ਮ ਸਰਦਾਰ ਖਟਕੜ ਕਲਾਂ ਦੇ ਸਮਾਰਕ 'ਤੇ ਸਜਦਾ ਕੀਤਾ ਅਤੇ ਆਦਮਕਦ ਬੁੱਤ ਦੇ ਉੱਤੇ ਫੁੱਲਮਾਲਾ ਅਰਪਿਤ ਕੀਤੀਆਂ। ਇਸ ਮੌਕੇ ਉਹਨਾਂ ਨੇ ਕਿਹਾ ਕਿ ਆਪ ਦੇ ਵਿੱਚ ਯੂਥ MLA ਸਭ ਤੋਂ ਜ਼ਿਆਦਾ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਯੂਥ ਨੂੰ ਪੰਜਾਬ ਦੇ ਵਿੱਚ ਅਗਵਾਈ ਕਰਨ ਦਾ ਮੌਕਾ ਮਿਲੇਗਾ। ਇਸ ਮੌਕੇ ਉਹਨਾਂ ਦੇ ਨਾਲ ਮਨੋਹਰ ਲਾਲ ਗਾਬਾ ਜਨਰਲ ਸਕੱਤਰ ਨਵਾਂਸ਼ਹਿਰ, ਰਣਬੀਰ ਸਿੰਘ ਰਾਣਾ ਹਲਕਾ ਇੰਚਾਰਜ ਬੰਗਾ, ਸ਼ਿਵ ਸਿੰਘ ਕੌੜਾ ਵਿਕਾਸ ਸ਼ਾਰਦਾ ਮੀਡੀਆ ਇੰਚਾਰਜ, ਸੰਤੋਖ ਸਿੰਘ ਸਲਾਣਾ, ਓਂਕਾਰ ਸਿੰਘ ਸੈਣੀ, ਸ਼ਿਵ ਕਰਨ ਸਿੰਘ ਚੇਚੀ ਪ੍ਰਧਾਨ ਨਵਾਂਸ਼ਹਿਰ, ਸਤਨਾਮ ਸਿੰਘ ਜਲਵਾਹਾ ਬਲਾਚੌਰ, ਰਾਮਕ੍ਰਿਸ਼ਨ ਪੱਲੀ ਚੱਕੀ, ਬਲਵੀਰ ਕਰਨਾਣਾ, ਗਗਨ ਅਗਨੀਹੋਤਰੀ, ਮਨਜੀਤ ਰਾਏ, ਭੁਪੇਸ਼ ਕੁਮਾਰ ਅਤੇ ਬਾਕੀ ਸਾਥੀ ਹਾਜ਼ਰ ਸਨ। ਕੀ ਪ੍ਰੋਗਰਾਮ ਸੀਗਾ? ਦੇਖੋ, ਪਾਰਟੀ ਨੇ ਮੈਨੂੰ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੈ। ਮੇਰੇ ਨਾਲ ਸ਼ੈਰੀ ਕਲਸੀ ਜਿਹਨੂੰ ਵਾਈਸ ਪ੍ਰਧਾਨ ਲਾਇਆ, ਹਰਮਿੰਦਰ ਸੰਧੂ ਜਿਹਨੂੰ ਵਾਈਸ ਪ੍ਰਧਾਨ ਲਾਇਆ ਅਤੇ ਜਗਦੀਪ ਸਿੰਘ ਸੰਧੂ ਉਹਨਾਂ ਨੂੰ ਵਾਈਸ ਪ੍ਰਧਾਨ ਲਾਇਆ। ਅੱਜ ਅਸੀਂ ਚਾਰੋਂ ਇੱਥੇ ਭਗਤ ਸਿੰਘ ਜੀ ਜਿਹੜੇ ਸਾਡੇ ਆਈਡਲ ਨੇ ਉਹਨਾਂ ਤੋਂ ਆਸ਼ੀਰਵਾਦ ਲੈਣ ਲਈ ਅੱਜ ਅਸੀਂ ਇੱਥੇ ਖਟਕੜ ਕਲਾਂ ਵਿਖੇ ਪਹੁੰਚੇ ਹਾਂ, ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਇੱਕ ਸੰਘਰਸ਼ 'ਚੋਂ ਨਿਕਲੀ ਪਾਰਟੀ ਹੈਗੀ ਅਤੇ ਅੱਜ ਵੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਹੈ ਉਸੇ ਸੰਘਰਸ਼ 'ਤੇ ਚੱਲ ਰਹੀ ਹੈ। ਕਿਉਂਕਿ ਜਿਹੜਾ ਸੁਪਨਾ ਭਗਤ ਸਿੰਘ ਵਰਗੇ ਜਿਹੜੇ ਯੋਧਿਆਂ ਦਾ ਸੀ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਸੰਘਰਸ਼ ਕੀਤਾ, ਉਹ ਸੁਪਨਿਆਂ ਦਾ ਪੰਜਾਬ, ਉਹ ਸੁਪਨਿਆਂ ਦਾ ਹਿੰਦੁਸਤਾਨ ਸਾਨੂੰ ਨਹੀਂ ਮਿਲਿਆ। ਸੋ ਇਸੇ ਕਰਕੇ ਅੱਜ ਵੀ ਪੰਜਾਬ ਦੇ ਨੌਜਵਾਨਾਂ ਨੂੰ ਭਗਤ ਸਿੰਘ ਦੀ ਸੋਚ 'ਤੇ ਸੰਘਰਸ਼ ਕਰਨ ਦੀ ਜ਼ਰੂਰਤ ਹੈ ਤਾਂ ਕਿ ਜਿਹੜਾ ਉਹਨਾਂ ਦੇ ਸੁਪਨਿਆਂ ਦਾ ਪੰਜਾਬ ਸੀ ਉਹ ਜਿਹੜਾ ਮਿਲ ਸਕੇ। ਸੋ ਇਸੇ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਕਿ ਸਮੁੱਚੀ ਪੰਜਾਬ ਦੀ ਨੌਜਵਾਨੀ ਜਿਹੜੀ ਅੱਜ ਦੋਨੇ ਰਵਾਇਤੀ ਪਾਰਟੀਆਂ ਤੋਂ ਹਿਤਾਸ਼ ਹੈ, ਜਿਹੜੀ ਅੱਜ ਇੱਥੋਂ ਭੱਜ ਕੇ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ, ਜਿਹੜੀ ਅੱਜ ਇੱਕ ਵਿਕਲਪ ਲੱਭਦੀ ਫਿਰਦੀ ਹੈ ਪੰਜਾਬ ਦੀ ਨੌਜਵਾਨੀ, ਕਿਉਂਕਿ ਪੰਜਾਬ ਦੀ ਧਰਤੀ ਇੱਕ ਇੱਦਾਂ ਦੀ ਇਹ ਜਰਖੇਜ਼ ਧਰਤੀ ਹੈ ਕਿ ਇਹ ਜਦੋਂ ਵੀ ਜਨਮ ਦਿੰਦੀ ਹੈ ਯੋਧਿਆਂ ਨੂੰ ਦਿੰਦੀ ਹੈ, ਪਰ ਸਾਡੀਆਂ ਮਾੜੀਆਂ ਸਰਕਾਰਾਂ ਕਰਕੇ, ਮਾੜੀਆਂ ਨੀਤੀਆਂ ਕਰਕੇ ਅੱਜ ਸਾਡੀ ਇੱਥੋਂ ਜਵਾਨੀ ਬਾਹਰ ਵੱਲ ਨੂੰ ਜਾ ਰਹੀ ਹੈ। ਸੋ ਉਹਨਾਂ ਨੌਜਵਾਨਾਂ ਨੂੰ ਅਸੀਂ ਇੱਥੇ ਲਾਮਬੰਦ ਕਰਨ ਦੇ ਲਈ, ਚੈਨਲਾਈਜ਼ ਕਰਨ ਦੇ ਲਈ ਕਿ ਆਪਾਂ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਇਹਨਾਂ ਰਵਾਇਤੀ ਪਾਰਟੀਆਂ ਤੋਂ, ਜਿਹੜੇ ਲੋਕਾਂ ਨੇ ਪੰਜਾਬ ਦੀ ਜਵਾਨੀ ਦਾ, ਪੰਜਾਬ ਦੀ ਕਿਸਾਨੀ ਦਾ, ਪੰਜਾਬ ਨੂੰ ਤਬਾਹ ਕਰਤਾ, ਉਹਨਾਂ ਲੋਕਾਂ ਦੇ ਚੁੰਗਲ 'ਚੋਂ ਪੰਜਾਬ ਨੂੰ ਕੱਢ ਕੇ ਪੰਜਾਬ ਨੂੰ ਇੱਕ ਨਵੇਂ ਰਾਹ 'ਤੇ, ਜਿਹੜਾ ਪੰਜਾਬ ਦੇ ਸਾਰੇ ਲੋਕ ਪੰਜਾਬ ਨੂੰ ਪਿਆਰ ਕਰਨ ਵਾਲੇ ਚਾਹੁੰਦੇ ਆ, ਉਹ ਪੰਜਾਬ ਬਣਾਉਣ ਲਈ ਜਿਹੜੀ ਆ ਉਹ ਲੜਾਈ ਲੜਨ ਲਈ ਅੱਜ ਅਸੀਂ ਇੱਥੇ ਪਹੁੰਚੇ। MLA ਨੇ ਲਗਾਤਾਰ ਉਹਨਾਂ ਦਾ ਅੰਦੋਲਨ ਚੱਲ ਰਿਹਾ, ਉਹਨਾਂ ਨੇ ਮਾਲਗਾੜੀ ਟ੍ਰੇਨ ਚਾਲੂ ਕਰਤਾ ਸੀ, 5 ਤਰੀਕ ਤੱਕ ਲਗਾਤਾਰ ਡੱਬਾ ਚੱਲੂਗਾ ਟ੍ਰੇਨ, ਲੇਕਿਨ ਹੁਣ ਸੈਂਟਰਲ ਨੇ ਬੰਦ ਕਰ ਦਿੱਤਾ, ਉਹਨਾਂ ਨੂੰ ਰੋਕ ਲਗਾ ਦਿੱਤਾ, ਹੁਣ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਇਹ ਪਹਿਲੀ ਗੱਲ ਤਾਂ ਜਿਹੜੀ ਸੈਂਟਰ ਦਾ ਬੜਾ ਡਿਕਟੇਟਰਸ਼ਿਪ ਵਾਲਾ ਰਵੱਈਆ ਪਿਛਲੇ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ, ਜਦੋਂ ਵੀ ਕੋਈ ਇਹ ਕਾਨੂੰਨ ਲੈ ਕੇ ਆਉਂਦੇ ਆਪਣਾ, ਜੇ ਉਸ ਤੋਂ ਬਾਅਦ ਲੋਕ ਕੋਈ ਆਪਦੀ ਆਵਾਜ਼ ਚੁੱਕਦੇ ਆ ਤਾਂ ਇਹ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ 'ਤੇ ਇੱਕ ਡਿਕਟੇਟਰਸ਼ਿਪ ਵਾਲਾ ਜਿਹੜਾ ਰਵੱਈਆ ਉਹ ਅਪਣਾਉਂਦੇ ਆ। ਉਸੇ ਤਰ੍ਹਾਂ 'ਚ ਪੰਜਾਬ 'ਚ ਹੋ ਰਿਹਾ, ਪੰਜਾਬ ਦੇ ਕਿਸਾਨ ਪਿਛਲੀ 24 ਤਰੀਕ ਤੋਂ ਲਗਾਤਾਰ ਸੰਘਰਸ਼ ਕਰ ਰਹੇ ਆ, ਟ੍ਰੇਨਾਂ ਦੀਆਂ ਲਾਈਨਾਂ 'ਤੇ ਬੈਠੇ ਆ, ਗਰਮੀ 'ਚ ਤਪਦੀ ਧੁੱਪ 'ਚ ਉਹ ਸੜਕਾਂ 'ਤੇ ਬੈਠੇ ਰਹੇ, ਪਰ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਅਤੇ ਅੱਜ ਇਹ ਪੂਰੀ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਜਿਹੜਾ ਸੈਂਟਰ ਹੈ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਰਾਹੀਂ ਹੀ ਡੀਰੇਲ ਕਰਨ ਦੇ ਵਿੱਚ ਲੱਗਿਆ ਹੋਇਆ ਇਸ ਸੰਘਰਸ਼ ਨੂੰ, ਕਿਉਂਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਵੀ ਹੋਇਆ, ਤੁਸੀਂ ਦੇਖੋ ਉਦੋਂ ਹੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਸੈਸ਼ਨ 'ਚ ਇਹ ਕਹਿ ਦਿੱਤਾ ਸੀ ਵੀ ਜੀ ਮੇਰੀ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਹੈ ਤੁਸੀਂ ਜਿਹੜੇ ਆ ਧਰਨੇ ਚੱਕ ਲਓ, ਅਤੇ ਹੁਣ ਉਹੀ ਕੁਝ ਸੈਂਟਰ ਕਰ ਰਿਹਾ। ਸੋ ਇਹ ਦੋਨੋਂ ਜਣੇ ਮਿਲ ਕੇ ਪੰਜਾਬ ਸਰਕਾਰ ਵੀ, ਸੈਂਟਰ ਸਰਕਾਰ ਵੀ, ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਉਹਨੂੰ ਡੀਰੇਲ ਕਰਨ ਦੇ ਲਈ, ਉਹਨੂੰ ਤਾਰਪੀਡੋ ਕਰਨ ਦੇ ਲਈ ਅੱਜ ਇਹ ਦੋਨੋਂ ਜਿਹੜੇ ਆ ਰਲ ਮਿਲ ਕੇ ਜਿਹੜਾ ਕੰਮ ਹੈ ਉਹ ਕਰ ਰਹੇ ਨੇ। ਧਰਮਸੋਤ ਵੀ ਜਿਵੇਂ ਹੁਣ ਚਰਚਾ 'ਚ ਕਾਫੀ ਆ ਰਿਹਾ, ਪਹਿਲਾਂ ਵੀ ਜਿਵੇਂ ਚੋਣ ਕਮਿਸ਼ਨ ਕੱਪੜੇ, ਕੱਲ੍ਹ ਉਹਨਾਂ ਨੇ ਇੱਕ ਵਿਵਾਦਿਤ ਬਿਆਨ ਵੀ ਦਿੱਤਾ ਗੁਰੂ ਨਾਨਕ ਸਾਹਿਬ ਦੀ ਤੁਲਨਾ ਕੈਪਟਨ ਨਾਲ ਕੀਤੀ ਹੈ। ਦੇਖੋ ਧਰਮਸੋਤ ਜੀ ਪਹਿਲਾਂ ਕਿਹੜਾ ਕਿਸੇ ਚੰਗੀ ਗੱਲ ਕਰਕੇ ਚਰਚਾ 'ਚ ਆਏ ਆ, ਜਦੋਂ ਤੋਂ ਮੰਤਰੀ ਬਣੇ ਆ ਕਦੇ ਪ੍ਰਿੰਸੀਪਲ ਨੂੰ ਗਾਲਾਂ ਕੱਢਤੀਆਂ, ਕਦੇ ਕਿਹਦੇ ਲਈ ਸ਼ਬਦਾਵਲੀ ਬੋਲ ਲਈ, ਅਤੇ ਉਸ ਤੋਂ ਬਾਅਦ ਜਿਹੜੀ ਸਭ ਤੋਂ ਮਾੜੀ ਗੱਲ ਕਿ ਜਿਹੜੇ ਦਲਿਤ ਬੱਚੇ, ਲੱਖਾਂ ਬੱਚਿਆਂ ਦਾ ਉਹ ਭੁੱਖ ਖਾ ਗਿਆ ਇਹਨਾਂ ਦਾ ਇੱਕ ਮੰਤਰੀ। ਅਤੇ ਹੁਣ ਜਿਹੜੀ ਤੁਸੀਂ ਆਹ ਤੁਲਨਾ ਦੀ ਗੱਲ ਕਰਦੇ ਹੋ, ਦੇਖੋ ਪਹਿਲੇ ਦਿਨ ਤੋਂ ਮੈਨੂੰ ਪਤਾ ਨਹੀਂ ਵੀ ਉਹ ਕੀ ਸੋਚ ਕੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਮੰਤਰੀ ਲਾਇਆ। ਜਿਹੜਾ ਬੰਦਾ, ਮੈਂ ਸਮਝਦਾ ਕਿ ਗਰੀਬ ਬੱਚਿਆਂ ਦਾ ਪੈਸਾ ਖਾ ਸਕਦਾ, ਦਲਿਤਾਂ ਦੀ ਪੜ੍ਹਾਈ ਖਾ ਸਕਦਾ, ਇਸ ਤੋਂ ਕੋਈ ਨਿਖੇਧੀ ਵਾਲੀ ਗੱਲ
हो नहीं सकती, वो की उन्हां दी मानसिकता है, की उन्हां दी विचारधारा है, ये वो बड़े बार पंजाब दे लोकां नूं धर्मसोत जी दस चुके हैं। ये तो सिर्फ कैप्टन अमरिंदर सिंह उन्हां दी सरकार नूं नहीं दिसदी। वीर जी, जिदा तुसीं यूथ दे प्रधान बने आ, पार्टी वल्लों इस बार यूथ किन्ने कु तारे जाणगे मैदान दे विच, जां कोई सीनियर ही आणगे? देखो, मैं पहला भी कह के चुकिया, आम आदमी पार्टी एक संघर्षों निकली पार्टी है, तो संघर्ष को लीड यूथ करता है। आम आदमी पार्टी दी जड़ां इहदी रीढ़ की हड्डी है यूथ है। पहला भी असी, मैं 27 साल की उम्र च MLA बन गया सी, साढ़े बलजिंदर कौर जी बड़ी छोटी उम्र च बने, रुपिंदर कौर रूबी जी, जय किशन रोड़ी जी, सारे ही साडे जिहड़े विधायक ने वह जिहड़े हुण भी जे देखिए साडे जिन्ने विधायक से उन्हां तों ज़्यादातर 40 सालों तों भी घट उम्र दे सीगे, ते हुण भी पार्टी, क्योंकि पंजाब दा अरविंद केजरीवाल जी भी चाहते हैं, तो पंजाब की लीडरशिप भी चाहती है कि पंजाब के लोग भी चाहते हैं कि साड़ी अगवाई जिहड़े पंजाब के नवे नौजवान ने नवे लोग ने वो करन, क्योंकि जिहड़े पुराने चेहरे 35-35, 40-40 सालों तो पंजाब नूं लुट रहे हैं, जिहड़े पुराने परिवार लुट रहे हैं, अज पंजाब के लोग उन्हां तों दुखी ने। लोग आम घरां दे धीआं पुत्तां नूं पंजाब दी वागडोर जिहड़ी फड़ाउणा चाहुंदे आ, ताकि पंजाब एक नवीआं लीहां ते चल सके। देखो, आम आदमी पार्टी बड़े टाइम तो असीं स्पष्ट कर चुके हैं कि आम आदमी पार्टी साडा जिहड़ा दिल्ली का मॉडल है, चंगे स्कूल बनाउण दा, फ्री इलाज का, करप्शन फ्री स्टेट का, वो मॉडल ते साडी विचारधारा एक मतलब कि अपनी विचारधारा असी कल्ले ही बड़े बार स्पष्ट कर चुके हैं कि झाड़ू दे चोण निशान ते 117 दी 117 चोणा दिल्ली दे मॉडल लैके लड़नियां ने। 40 साल तो जिहड़े उपर वाले आ उन्हां नूं टिकट नहीं दित्ती जाऊगी? नहीं, सारे देखो जी, टीम दे विच सारे प्लेयरां दी जरूरत हुंदी है, सानू एक्सपीरियंस की भी जरूरत है, सानू जोश के नाल होश की भी जरूरत है। हुण भी साडे च बुद्धराम जी वर्गे जिहड़े रिटायर्ड प्रिंसीपल ने, जिन्हां दी जदों विधानसभा दे विच बोलदे आ अकाली कांग्रेसी भी उन्हां दी तारीफ करदे आ वी इन्ना अच्छा कोई बुलारा नहीं, है ना, ये कोई मापदंड नहीं है। पर यूथ नूं असीं ये कहने आ कि अज यूथ नूं जिहड़ा पंजाब दा यूथ है अज, क्योंकि रवायती पार्टियां च पहला सिस्टम की हुंदा सी भी जे कोई यूथ वाला आऊगा भी तो फलाने परिवार चों ही आऊगा, फलाने लीडर दा मुंडा ही आऊगा। असीं आम घरां दे धीआं पुत्तां नूं मौका देना चाहुंदे आ जिन्हां नूं पंजाब दी असल जड़, जिहड़ी असल थले ग्राउंड ते जिहड़ियां प्रॉब्लम्स ने उन्हां दा पता हैगा, ये कोई ओह नहीं। पर जिहड़ी पार्टी भी चाहुंदी है, अरविंद जी भी चाहुंदे आ, साडी केंद्रीय लीडरशिप भी चाहुंदी है कि यूथ नूं जिहड़ी है पहल दित्ती जावे, पर इहदे विच जिहड़े एक्सपीरियंसड बंदे आ जिन्हां कोले तजर्बा है, जिन्हां ने बड़ियां टाइम तो राय देंदे आउंदे आ, ज कई चाहे कोई खेती विज्ञानी आ चाहे किसी होर अदारे नाल जुड़े हुए लोग ने, सारिआं नूं मतलब कि एक अच्छी टीम बना के पंजाब दे विच जिहड़ी आ लड़ाई लड़ी जाऊगी। आने वाले समय च बंगा विधानसभा सीट ते भी देखे जाए क्योंकि यूथ आगू इलेक्शन लड़ेगा? देखो जी, जिथे भी कोई यूथ आगू जिहड़ा डिजर्व करता होगा, वो चाहे वंगा तो होवे, चाहे मालवे के किसी खेत्र तो होवे, चाहे माझे चों, जिहड़ा डिजर्व करता होगा उन्हूं पार्टी जरूर जिहड़ी आ मौका देगी। फिर सर, एक तुम्हें हुण तुसीं जिहड़ा किसान अपना यूथ वल्लों यूथ विंग दे प्रधान बणे गए, किसानां दा अंदोलन जिहड़ा चल रिहा, किसान रोडां ते ट्रैक ते बैठा, जिहड़ा आने वाला समय वह यूथ ते भारी पवेगा क्योंकि हुण जिहड़ा बिल है लॉन्ग टाइम ते चलेगा, ते की यूथ विंग जिहड़ी आ किसान अंदोलन लिए इस वेले कि रणनीति तुहाडी पार्टी वल्लों तैयार कीती? देखो, मैनू पहली गल तो देखो, जिहड़ा सेंटर ने करना सी उन्होंने जिहड़ा किसानां दी पिट्ठ छुरा मारना सी मारता, पर इहदे च जिहड़ी ना एक पंजाब लई एक जिहड़ी खुशी दी गल इहदे च इह आ कि पहला जदों भी कोई धरने मुजारे हुंदे हुंदे सी जां किसान जथेबंदियां संघर्ष करदियां सी तां उहदे विच केवल बजुर्ग आउंदे सी, इस जिहड़ा इन्हां ने पिट्ठ छुरा मारा ना इहदे पंजाब दे नौजवान दुबारा खड़े करते, तुसीं किसी धरने ते जाके देख लो उहदे च वड्डी गिणती जिहड़ी है साडे नौजवानां दी है, साडे इत्थों तक कि जिहड़े बच्चे भी उन्हां संघर्षां च आउण लग गए, उन्हां नूं भी पता लगन लग गया भी जिहड़े हक ने उह संघर्ष करके मिलदे ने। ते आम आदमी पार्टी तां देखो, मैं पहलां भी दस के हटिया कि निकली संघर्ष चों है, साडे च तां पहलां तों ही जिहड़े वड्डा रोल है जिहड़ा यूथ दा रहा हैगा, ते जिहड़े उह धरनियां ते बैठे आ उह भी कोई बगाने नहीं, वो भी साडे ही ने, साडे ही भरा ने, ते असीं किहड़ा कोई कितों होर आए बाहरों आए हाँ, असीं भी किसानां दे पुत्त हाँ, साडे भी जिहड़े वर्कर ने सारे जाके धरनियां दे विच बहिंदे आ, इही लोग ने जिहड़े धरनियां च बैठदे आ, वो सारे लोग जिहड़े धरनियां च बैठे आ नौजवान वो पढ़े लिखे आ, उन्हां नूं सारिआं नूं पता है कि जिहड़ियां रवायती पार्टियां ने श्रोमणी अकाली दल दा ऑर्डीनेंसिस तो कानून बन तक जिहड़े खेती आ उहदे विच की रोल रहा, मुख्यमंत्री पंजाब कैप्टन अमरिंदर सिंह जिन्हां दी खुद दे मैनीफेस्टो दे कांग्रेस दे विच सी वी जे साडी सरकार आ गई सी वी इदां दे बिल लैके आवांगे, उह सारे जिहड़े पढ़े लिखे नौजवान आ दोनों नूं पता हैगा सारिआं नूं कि दोनों रवायती पार्टियां दा की रोल रहा,
ਉਹ ਸਾਰੇ ਨੌਜਵਾਨ ਜਿਹੜੇ ਧਰਨਿਆਂ 'ਤੇ ਬੈਠੇ ਆ ਉਹਨਾਂ ਨੂੰ ਪਤਾ ਹੈ ਵੀ ਅੱਜ ਇੱਕੋ ਇੱਕ ਪਾਰਟੀ ਆ ਜਿਹੜੀ ਕਹਿਣੀ ਅਤੇ ਕਰਨੀ ਦੀ ਪੂਰੀ ਆ। ਸੋ ਇਸੇ ਕਰਕੇ ਜਿਹੜੀ ਸਮੁੱਚੇ ਨੌਜਵਾਨ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਨੇ। ਉਹ ਦਿੱਲੀ ਦੇ ਵਿੱਚ ਜਿਸ ਵੇਲੇ ਐਮਪੀਪੀ ਬਣਦਾ ਵੱਖ ਵੱਖ ਕਮੇਟੀਆਂ ਦੇ ਵਿੱਚ ਨੁਮਾਇੰਦਗੀ ਮਿਲਦੀ ਹੈ, ਕੀ ਉਹ ਵੀ ਮੈਂਬਰ ਨੇ ਇਸ ਕਮੇਟੀ ਦੇ? ਕਿਹੜੀ ਕਮੇਟੀ ਦੇ ਜੀ? ਜਿਸ ਦੇ ਵਿੱਚ ਆਰਡੀਨੈਂਸ ਪਾਸ ਹੋਇਆ? ਨਹੀਂ, ਆਰਡੀਨੈਂਸ ਜਿਹੜੇ ਪਾਸ ਹੋਏ ਇਹ ਇੱਕ ਜਿਹੜੀ ਉੱਥੋਂ ਦੇ ਸੈਂਟਰ ਦੇ ਮਿਨਿਸਟਰ ਨੇ ਵੀ ਲੋਕ ਸਭਾ ਦੇ ਵਿੱਚ ਖੜ੍ਹਾ ਹੋ ਕੇ ਕਿਹਾ ਕਿ ਅਸੀਂ 6 ਮੁੱਖ ਮੰਤਰੀਆਂ ਦੀ ਜਿਹੜੀ ਹੈ ਕਮੇਟੀ ਬਣਾਈ ਸੀ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ, ਉਹਦੇ ਵਿੱਚ ਕੋਈ MP ਜਾਂ ਹੋਰ ਕੋਈ ਮੈਂਬਰ ਨਹੀਂ ਸੀ, ਕੇਵਲ ਮੁੱਖ ਮੰਤਰੀ ਦੀ ਬਣਾਈ ਸੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਉਹਦੇ ਮੈਂਬਰ ਸੀ। ਇੱਕ ਵਾਰੀ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਅਟੈਂਡ ਕੀਤੀ, ਕਈ ਵਾਰੀ ਉਹਨਾਂ ਦੇ ਬਿਹਾਫ 'ਤੇ ਮਨਪ੍ਰੀਤ ਸਿੰਘ ਬਾਦਲ ਨੇ ਅਟੈਂਡ ਕੀਤੀ। ਇਹ ਮੈਂ ਨਹੀਂ ਕਹਿੰਦਾ, ਇਹ ਜਿਹੜੀ ਨੀਤੀ ਆਯੋਗ ਦੀ ਰਿਪੋਰਟ ਆਈ ਆ ਉਹ ਵੀ ਕਹਿੰਦੀ ਹੈ। ਕਾਹਨ ਸਿੰਘ ਪੰਨੂ ਜਿਹੜੇ ਸੈਕਟਰੀ ਐਗਰੀਕਲਚਰ ਸੀ ਉਹਨਾਂ ਨੇ ਵੀ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਵੀ ਭਾਈ ਸੈਂਟਰ ਕੋਈ ਏਡਾਂ ਦਾ ਖਰੜਾ ਕਿਸਾਨਾਂ ਦੇ ਲਈ ਲੈ ਕੇ ਆ ਰਹੀ ਹੈ, ਤੁਸੀਂ ਇਹਦੇ 'ਤੇ ਵਿਚਾਰ ਕਰੋ, ਪਰ ਉਹ ਤਾਂ ਬੋਲੇ ਨਹੀਂ ਗਏ। ਸੋ ਇਹ ਬਿਲਕੁਲ ਗੱਲ ਕਲੀਅਰ ਹੈ, ਜੇ ਮੰਤਰੀ ਨੇ ਝੂਠ ਬੋਲਿਆ ਸੀ ਸੈਂਟਰ ਦੇ ਨੇ, ਤਾਂ ਜੇ ਫਲੋਰ ਆਫ ਦਾ ਹਾਊਸ ਤੁਸੀਂ ਕੋਈ ਗੱਲ ਝੂਠ ਬੋਲਦੇ ਹੋ ਤਾਂ ਤੁਸੀਂ ਮੰਤਰੀ ਦੇ ਅਗੇਂਸਟ ਪ੍ਰਿਵਲੇਜ ਮੋਸ਼ਨ ਲੈ ਕੇ ਆ ਸਕਦੇ ਹੋ। ਇਹਨਾਂ ਦੇ ਮੰਤਰੀ ਉੱਥੇ ਬੈਠੇ ਸੀ, ਰਵਨੀਤ ਬਿੱਟੂ ਬੈਠੇ ਸੀ, ਜਿਹੜੇ ਹੋਰ ਨਹੀਂ ਜੀ ਬਿਲਕੁਲ ਮੈਂਬਰ ਨਹੀਂ ਸੀ। ਜੇ ਕਮੇਟੀ ਦੇ ਮੈਂਬਰ ਹੁੰਦੇ ਤਾਂ ਉਹ ਭਗਵੰਤ ਮਾਨ ਜੀ ਦਾ ਨਾਮ ਲੈਂਦਾ ਮੰਤਰੀ। ਪੰਜਾਬ ਦੇ ਸੀਐਮ ਦਾ ਕਿਹੜਾ ਦਰਸ਼ਨ? ਦੇਖੋ ਸਾਡੇ ਜੀ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਜੀ ਨੇ, ਉਹਨਾਂ ਦੀ ਅਗਵਾਈ 'ਚ ਜਿਹੜੀ ਅਸੀਂ ਹਾਂ ਅੱਜ ਸਾਰੀ ਜਿਹੜੀ ਮੁਹਿੰਮ ਹੈ ਉਹਨਾਂ ਦੀ ਅਗਵਾਈ 'ਚ ਚੱਲ ਰਹੇ ਹੈਗੀ, ਸਾਡਾ ਉਹ ਚਿਹਰਾ। ਬਾਕੀ ਮੌਕੇ 'ਤੇ ਜਾ ਕੇ ਪਾਰਟੀ ਜਿਹਨੂੰ ਵੀ ਕਰ ਦੂਗੀ। ਅੱਜ ਦੇਖੋ ਤੁਸੀਂ ਇਸ ਗੱਲ ਨੂੰ ਸਮਝੋ, ਲੋਕ ਚਿਹਰਿਆਂ ਤੋਂ ਹੀ ਦੁਖੀ ਨੇ। ਆਹ ਕੈਪਟਨ ਅਮਰਿੰਦਰ ਸਿੰਘ ਚਿਹਰਾ ਹੀ ਹੈ ਜਿਹੜਾ ਗੁਟਕਾ ਸਾਹਿਬ ਦੀਆਂ ਸੌਆਂ ਖਾ ਕੇ ਸਰਕਾਰ ਬਣਾਈ ਸੀ, ਬਾਦਲ ਵੀ ਚਿਹਰੇ ਹੀ ਸੀ ਜਿਹੜੇ ਲੁੱਟ ਕੇ ਖਾ ਗਏ ਪੰਜਾਬ ਨੂੰ। ਅੱਜ ਚਿਹਰਿਆਂ ਦੀ ਲੜਾਈ ਨਹੀਂ, ਲੋਕ ਚਿਹਰਿਆਂ ਤੋਂ ਦੁਖੀ ਨੇ। ਲੋਕ ਤਾਂ ਚਾਹੁੰਦੇ ਆ ਵੀ ਯਾਰ ਆਮ ਲੋਕ ਆ ਜਾਣ, ਸਾਨੂੰ ਸੁੱਖ ਦਾ ਸਾਹ ਦੇ ਦੇਣ। ਸੋ ਸਾਡੇ ਸਾਰੇ ਹੀ ਇੱਥੇ ਜਿੰਨੇ ਆਹ ਨੌਜਵਾਨ ਨੇ ਸਾਰੇ ਇਹ ਅਰਵਿੰਦ ਕੇਜਰੀਵਾਲ ਜੀ ਦੇ ਸੋਚ 'ਤੇ ਚੱਲਣ ਵਾਲੇ ਆ, ਸਾਰੇ ਉਹਨਾਂ ਦੇ ਚਿਹਰੇ ਆ। ਥੈਂਕ ਯੂ।